ਜੈਤੋ ਗ੍ਰਿੱਡ ਦੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਕੱਲ੍ਹ ਨੂੰ ਰਹੇਗੀ ਬਿਜਲੀ ਸਪਲਾਈ ਬੰਦ। PSPCL ਜੈਤੋ ਦੇ SDO ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਉਹਨਾਂ ਦੱਸਿਆ ਕਿ ਜੈਤੋ 66 KV ਗ੍ਰਿੱਡ ਦੇ ਵਿੱਚੋਂ ਚੱਲਦੀ ਬਿਜਲੀ ਸਪਲਾਈ ਕੱਲ੍ਹ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ, ਜੋ ਕਿ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਦੇ ਨਾਲ ਸੇਵੇ ਵਾਲਾ, ਚੰਦਭਾਨ, ਦਲ ਸਿੰਘ ਵਾਲਾ, ਜੈਤੋ ਸ਼ਹਿਰ ਸਮੇਤ ਸਮੁੱਚੇ ਹੀ ਜੈਤੋ 66 KV ਲਾਈਨਾਂ ਤੋਂ ਚੱਲ ਰਹੇ ਫੀਡਰਾਂ ਦੀ ਸਪਲਾਈ ਬੰਦ ਰਹੇਗੀ।